ਨਹੀਂ, ਮੇਰੇ ਨਾਲ ਤਾਂ ਬਦਗਾਸ ਦਾ ਖੇਡਦਾ ਗਿਆ ਸੀ, ਮੇਰੇ ਕੋਲੇ ਬੈਠਾ ਰਿਹਾ ਕਿੰਨਾ ਚਿਰ, ਕਹਿੰਦਾ ਮੇਰੀ ਮਾਂ ਪੁੱਠੇ ਲੱਛਣ ਕਰਦੀ ਹੈ, ਕਹਿੰਦਾ ਮੈਂ ਮੂੰਹ ਦਿਖਾਉਣ ਜੋਗਾ ਨਹੀਂ, ਤੇ ਆਪਾਂ ਦੋਨੇ ਕਹਿੰਦਾ ਪੱਟੇ ਤੇ ਰਹਿਣ ਲੱਗ ਜਾਈਏ। ਕਹਿੰਦਾ ਮੈਂ ਆਪਦੇ ਚਾਚੇ ਕੋਲੇ ਜਾਂਦਾ ਕੰਮ ਤੇ, ਕੰਮ ਦਾ ਪਤਾ ਕਰਕੇ ਉਹਨੂੰ, ਮੈਂ ਕਿਹਾ ਜਵਾਕਾਂ ਦੇ ਪੇਪਰ ਹੋ ਜਾਣਗੇ ਆਪਾਂ ਇਕੱਠੇ ਰਹਿ ਪਾਂਗੇ ਚੱਲ, ਤੇ ਮੁੜ ਕੇ ਉੱਥੇ ਜਾ ਕੇ ਤੇ ਮੈਨੂੰ ਤਾਂ ਘਰੇ ਡੀਕੀ ਗਈ ਬਈ, ਘਰੇ ਨੀ ਮੁੜ ਕੇ, ਮੈਂ ਤੇ ਭਰਾ ਨੂੰ ਕਿਹਾ ਫੋਨ ਲਾ ਕੇ ਪੁੱਛ ਲਾ, ਆਂਦਾ ਮੇਰੇ ਇਹਨੇ, ਕਹਿੰਦਾ ਉਹਨੇ ਮਰਨਾ ਜਿੱਥੇ ਮਰਜੀ ਜਾਵੇ, ਕਹਿੰਦਾ ਮਰ ਜੂਗਾ ਨਸ਼ੇ ਕਰਕੇ। ਇਹ ਪੱਠੇ ਤੇ ਬਈ ਡਰਾਈਵਰੀ ਕਰਦਾ ਸੀਗਾ, ਮੈਨੂੰ ਤਾਂ 8 ਸਾਲ ਹੋ ਗਏ, ਮੇਰੇ ਦੋ ਜਵਾਕ ਆ। ਘਰੇ ਕਹਿੰਦਾ ਮੈਂ ਕਾਲੇ ਕੋਲੇ ਜਾਣਾ, ਉਹਦੇ ਚਾਚੇ ਕੋਲੇ ਜਿਹੜਾ ਉਹ 3 ਵਿੱਚ ਖੜਾ ਸੀ, ਪੱਠੇ ਤੇ ਜਾਣਾ, ਕਹਿੰਦਾ ਮੈਂ ਉਹਦੇ ਨਾਲ ਹੀ ਕੰਮ ਕਰਦਾ ਸੀ। ਇਹ ਤੁਹਾਡੇ ਪਰਿਵਾਰ ਦੇ ਉੱਪਰ ਤੋਂ ਆਰੋਪ ਇਸ ਗੱਲ ਦੇ ਲਾ ਰਹੇ ਨੇ, ਤੁਹਾਡੇ ਸਹੁਰਾ ਪਰਿਵਾਰ ਕੀ ਇਹਨਾਂ ਦੇ ਵੱਲੋਂ ਮਾਰਿਆ ਗਿਆ? ਬਾਈ ਮੇਰੇ ਇੱਕ ਦੱਸ, ਮੇਰੇ ਦੋ ਜਵਾਕ, ਮੈਂ ਜਵਾਕ ਕਿਉਂ ਜੰਮਦੀ, ਜੇ ਮੈਂ ਮਾਰਨਾ ਹੁੰਦਾ ਸਾਡੇ ਪਹਿਲਾਂ ਹੀ ਮਾਰ ਦਿੰਦੇ, 8 ਸਾਲ ਹੋ ਗਏ ਮੈਨੂੰ ਨਾਲ ਰਹਿੰਦੇ, ਕੋਈ ਨਹੀਂ ਬਾਈ, ਕੋਈ ਲੜਾਈ ਨਹੀਂ ਹੋਈ ਸਾਡੇ ਨਾਲ। ਖੁਦਕੁਸ਼ੀ ਦਾ ਕਾਰਨ ਕੀ ਦੱਸ ਦਿੰਦੇ? ਇਹਨੇ ਮੈਨੂੰ ਆਈ ਆਖਿਆ, ਕਹਿੰਦਾ ਮੇਰੀ ਮਾਂ ਪੁੱਠੇ ਲੱਛਣ ਕਰਦੀ ਫਿਰਦੀ ਆ, ਇਹਦੀ ਮਾਂ ਪਹਿਲਾਂ ਬੰਗੀ ਵਿਆਹੀ ਸੀ, ਉੱਥੋਂ ਇਹ 3 ਭੈਣ ਭਰਾ ਸੀ, ਫਿਰ ਇਹਦੀ ਮਾਂ ਉਹਨੂੰ ਜਿਉਂਦੇ ਨੂੰ ਛੱਡ ਕੇ ਆ ਕੇ ਵਿਰਕੀ ਵਿਆਹ ਕਰਾ ਲਿਆ, ਵਿਰਕਾਂ ਦਾ ਇੱਕ ਮੁੰਡਾ, ਫਿਰ ਇਹਦੀ ਮਾਂ ਨੇ ਉੱਥੋਂ ਠੇਕੇਦਾਰ ਨਾਲ ਰਹਿਣ ਲੱਗ ਗਈ, ਕਿਸੇ ਨਾਲ ਰੋਟੀਆਂ ਪਕਾਉਣ ਜਾਂਦੀ ਸੀ, ਜਵਾਕ ਮੈਂ ਸਾਂਭਦੀ ਸੀ ਦੋਨੇ, ਤੇ ਉਹ ਆਪਦੇ ਮੈਂ ਸਾਂਭੇ ਆ, ਫਿਰ ਉਹਨੂੰ ਛੱਡ ਕੇ ਠੇਕੇਦਾਰ ਨੂੰ ਹੁਣ ਆ ਭਾਈ ਜਿਹੜਾ ਨਾਲ ਫਿਰਦਾ ਇਹਦੇ ਨਾਲ ਰਹਿਣ ਲੱਗ ਗਈ, 4-5 ਤਾਂ ਹੀ ਹੋ ਗਏ ਤੇ ਬਾਕੀ ਅਣਗਿਣਤ ਪਤਾ ਨੀ ਕਿੰਨੇ ਕੁ ਬੰਦੇ ਕਰਦੀ ਫਿਰਦੀ ਆ। ਮੁੰਡਾ ਜੀ ਲੈਣਾ ਸੀ ਬਹੂ ਨੂੰ, ਹੁਣ ਕਿਤੇ ਮੈਨੂੰ ਲੈ ਜਾ ਕੇ, ਮੇਰਾ ਪੁੱਤ ਲੈਣ ਆ ਗਿਆ 15,000 ਰੁਪਇਆ, ਤਾਂ ਮੇਰੇ ਪੁੱਤ ਨੂੰ ਮੈਂ ਲੈ ਜਾ ਕੇ ਜਾਣਾ, ਪੁੱਤ ਮੈਂ ਜਾ ਜਾ ਕੇ ਦੋ ਮੁੰਡੇ ਬਹੂ ਕੋਲੇ, ਮੇਰਾ ਮੁੰਡਾ ਆਇਆ ਤੇ ਬਹੂ ਨੇ ਹੁਣ ਕਿਤੇ ਫੁੜਦਾ, ਇੱਥੇ ਤੇਰਾ ਮੁੰਡਾ ਕੀ ਲੈਣਾ, ਮੈਂ ਤੈਨੂੰ ਲੈਣਾ ਕੋਈ ਨੀ, ਪੁੱਤ ਰੌਲਾ ਨਾ ਪਾ, ਮੈਨੂੰ ਅੱਜ ਤੇਰਾ ਪੁੱਤ ਕਹਿੰਦੇ ਸੁੱਕਾ ਨੀ ਜਾਂਦਾ, ਜੇ ਆ ਗਿਆ ਤਾਂ ਕਹਿੰਦੀ ਇੱਥੋਂ ਇਹ ਘਰ ਖਾਈਏ, ਮੇਰੀ ਨੋਹਣੇ ਮੈਨੂੰ ਫੋਨ ਤੇ। ਕੀ ਨਾਮ ਹੈ ਤੁਹਾਡੇ ਮੁੰਡੇ ਦਾ? ਕੀ ਮੇਰਾ ਨਾਮ? ਕਿੰਨੀ ਉਮਰ? ਲਵਪ੍ਰੀਤ ਆ। ਕਿੰਨੀ ਉਮਰ ਸੀ? 20-22 ਸਾਲਾਂ ਦਾ ਮਸਾਂ ਹੋਇਆ ਸੀਗਾ, ਜਮੇ ਛੋਟਾ ਹੀ ਮੁੰਡਾ, ਜਮੇ ਆਪਦੀ ਮਰਜ਼ੀ ਨਾਲ। ਮੌਤ ਜੀ ਇਹਨਾਂ ਨੂੰ ਲੈਣ ਆਇਆ ਸੀ ਆਪਦੀ ਬਹੂ ਨੂੰ, ਇਹਨਾਂ ਰਾਤ ਨੂੰ ਕੁੱਟਮਾਰ ਕੀਤੀ ਮੇਰੇ ਪੁੱਤ ਨੂੰ, ਪਤਾ ਨਹੀਂ ਇਹਨਾਂ ਨੇ ਫਾਹਾ ਦੇ ਕੇ ਕੀ ਕੀਤਾ, ਫਾਹਾ ਦੇ ਕੇ ਮੇਰੇ ਪੁੱਤ ਦੇ ਸਾਰਾ ਕੁਝ ਨਿਸ਼ਾਨ ਆਇਆ, ਇੱਥੇ ਇਹਨਾਂ ਨੇ ਆਪ ਸਾਰਾ ਕੁਝ ਕਰਤਾ, ਮੈਨੂੰ ਪਤਾ ਲੱਗਿਆ, ਇਹਨਾਂ ਨੇ ਮਰਾਜਾ ਕਰਤਾ, ਆਪ ਸਾਰਾ ਸੈਣ ਕਰਤਾ, ਆਪ ਮੇਰੇ ਪੁੱਤ ਦਾ ਮਰਾਜਾ ਕਰਤਾ, ਆਪ ਲੈ ਕੇ ਜਾਂਦੀ, ਮੈਂ ਮੌਕੇ ਤੇ ਆ ਗਈ, ਇੱਥੇ ਮੌਕੇ ਤੇ ਮੈਂ ਆ ਗਈ, ਮੈਂ ਪਹੁੰਚ ਗਈ, ਮੈਂ ਰੋਕ ਗੱਡੀ ਰੋਕੀ, ਮੈਂ ਗੱਡੀ ਰੋਕੀ ਜਿੱਥੇ ਆ ਕੇ ਮੇਰੇ ਮੁੰਡੇ ਹੁਣ ਵੀ ਕੱਢ ਕੇ ਚੋਰ ਕੋ, ਮੈਂ ਤਾਂ ਚੋਰ ਕੋ ਲੈ ਕੇ ਜਾਂਦੇ ਸੀ ਮੇਰੇ ਪੁੱਤ ਨੂੰ, ਇਹ ਮੈਨੂੰ ਹਾਂ ਹੁਣ ਸਰਕਾਰ ਬਹੁ ਨੇ ਫੋਨ ਕੀਤਾ ਵੀ ਆ ਜਾ ਤੂੰ, ਮੁੰਡੇ ਨੂੰ 15,000 ਰੁਪਇਆ ਦੇ ਕੇ ਤੋਰਿਆ, ਠੀਕ ਆ, ਇਹਨਾਂ ਨੇ ਰਾਤ ਨੂੰ ਘਰੇ ਨੀ ਵੜਨ ਦਿੱਤਾ, ਇਹਨਾਂ ਨੇ ਮੁੰਡੇ ਨੂੰ ਕੁੱਟ ਕੇ ਮੁੜ ਕੇ ਇਹਨਾਂ ਨੇ ਫਾਹਾ ਦੇ ਕੇ ਇਹਨਾਂ ਨੇ ਮਾਰਿਆ, ਉਹਨਾਂ ਨੂੰ ਗੱਡੀ 'ਚ ਪਾਈ ਬੈਠੇ ਬੁਲਾਏ ਆਪਦੇ ਨਾਲ, ਇਹਨਾਂ ਨੇ ਮਾਰਿਆ। ਅਸੀਂ ਤੂੜੀ ਲੈਣ ਗਏ ਸੀ ਤਿੰਨੇ, ਮੇਰਾ ਛੋਟਾ ਮੁੰਡਾ ਤੇ ਵੱਡੀ ਕੁੜੀ ਤੇ ਮੈਂ, 3:30 ਦਾ ਟਾਈਮ ਸੀ ਜਦੋਂ ਅਸੀਂ ਤੂੜੀ ਲੈਣ ਗਏ ਆ, ਤੇ ਸਾਡੇ ਆਉਂਦਿਆਂ ਨੂੰ ਸਾਡੇ ਬਾਰ ਦੇ ਵਿੱਚ ਬੈਠਾ ਸੀ ਕੋਲੇ ਕਾਲਾ ਬੈਗ ਤੇ ਛੋਟਾ ਜਿਹਾ ਝੋਲਾ ਸੀ ਇਹਦੇ ਕੋਲ, ਬਾਰ ਦੇ ਵਿੱਚ ਮੇਰੀ ਕੁੜੀ ਦੇ ਆਹਮਣੋ ਸਾਹਮਣੇ ਹੋਏ ਬੈਠੇ ਆ ਦੋਨੇ, ਤੇ ਮੈਂ ਦੂਰੋਂ ਦੇਖ ਕੇ ਹੱਸ ਕੇ, ਮੈਂ ਕਿਹਾ ਸ਼ੁਕਰ ਹੈ, ਮੈਂ ਕਿਹਾ ਦੋਨੇ ਇਕੱਠੇ ਬੈਠੇ ਆ, ਮੈਂ ਕਿਹਾ ਤੇ ਮੈਨੂੰ ਲੱਗਦੀ ਆ ਗਿਆ ਹੋਣਾ ਇਹ ਇੱਥੇ। ਬਾਅਦ ਮੈਂ ਇਹ ਕਹਿੰਦੀ ਆ, ਕਹਿੰਦੀ ਮੰਮੀ ਇੱਕ ਤੁਸੀਂ ਤੂੜੀ ਲਾ ਲਓ, ਕਹਿੰਦੀ ਉਹ ਕੁੜੀ ਮੈਨੂੰ ਮੇਰੀ ਗੱਡੀ, ਕਹਿੰਦੀ ਤੂੜੀ ਲਾ ਲਓ ਫਿਰ ਚਾਹ ਬਣਾਉਂਦੇ ਹਾਂ, ਕਹਿੰਦੀ ਗੋਲੂ ਆਇਆ, ਮੈਂ ਕਿਹਾ ਹਾਂ ਮੈਨੂੰ ਦੱਸ ਗਿਆ ਕੰਜਰ ਨੇ, ਮੈਂ ਮੈਨੂੰ ਤਾਂ ਬੁਲਾਇਆ ਹੀ ਨੀਗਾ ਤੇ ਬੈਠਾ, ਤੇ ਹੱਸ ਕੇ ਜੇ ਤੇ ਸ਼ੰਮੂ ਨੂੰ ਆਂਦਾ ਕਿ ਸ਼ੰਮੂ ਚਾਹ ਨਹੀਂ ਮੈਂ ਪੀਂਦਾ ਤੇ ਮੈਂ ਜਾਂਦਾ ਪੱਠੇ ਤੇ, ਆਂਦਾ ਮੈਂ ਲੇਟ ਹੋ ਜਾਊਂਗਾ, ਕਿ ਮੈਂ ਚਾਚੇ ਕੋਲੇ ਜਾਣਾ, ਕਹਿੰਦਾ ਪਤਾ ਕਰਕੇ ਆਉਣਾ ਕੰਮ ਦਾ ਤੇ ਆਪਾਂ ਇਕੱਠੇ ਰਹਿਣ ਲੱਗ ਜਾਾਂਗੇ। ਮੇਰਾ ਤਾਂ ਪੋਸਟਮਾਰਟਮ ਵਾਸਤੇ ਇਮੇਜ ਦੀ ਆ ਰਹੇ ਜੀ, ਇਮੇਜ ਪੈਂਦਾ ਸਾਨੂੰ ਇਹ ਲਿਆ ਨਹੀਂ ਦਿੱਤਾ। ਕਾਰਨ ਕੀ ਰਿਹਾ, ਪੂਰਾ ਮਾਮਲਾ ਕੀ ਹੈ? ਕਾਰਨ ਫਾਹਾ ਲਿਆ ਜੀ। ਕਿਹਨੇ ਦਿੱਤਾ ਹੈਗਾ? ਕਿਹਨੇ ਦੇਣਾ ਜੀ? ਕੱਸੀ ਤੇ ਰਿਹਾ ਜੀ, ਆਪਣੇ ਆਪ ਲਿਆ ਜੀ।
ਪਰਿਵਾਰ ਤਾਂ ਐਵੇਂ ਕਹੀ ਜਾਂਦਾ ਤਾਂ ਘਰ ਵਾਲੀ ਬੈਠੀ ਨਾਲ ਉਹਦੇ ਸੱਸ ਬੈਠੀ ਮੁੰਡੇ ਦੀ ਸਹੁਰਾ ਬੈਠਾ ਨਹੀਂ ਇਹਦੀ ਮਾਂ ਨੀ ਬੈਠੀ ਮੁੰਡੇ ਮਾਂ ਤਾਂ ਛੱਡ ਕੇ ਤੀਜੇ ਥਾਂ ਚਲੀ ਗਈ ਸੀ।